ਬੀਤੀ ਰਾਤ ਭਾਰੀ ਝੱਖੜ ਅਤੇ ਮੀਂਹ ਦੇ ਬਾਅਦ ਟੈਂਟ ਸਿਟੀ ਮੁੱਖ ਪੰਡਾਲ ਅਤੇ ਹੋਰ ਸਿਹਤ ਸਹੂਲਤਾਂ ਦੇ ਆਲੇ ਦੁਆਲੇ ਪਾਣੀ ਦੇ ਵਿੱਚ ਕਾਫੀ ਜ਼ਿਆਦਾ ਉਤਾਰ ਚੜਾਅ ਆਉਣ ਦੇ ਕਾਰਨ ਹਾਲਾਤ ਬਹੁਤ ਮਾੜੇ ਹੋ ਗਏ ਸਨ ਅਤੇ ਭਾਰੀ ਬਾਰਿਸ਼ ਕਾਰਨ ਐਂਬੂਲੈਂਸਾਂ ਦੇ ਵੀ ਪਾਣੀ ਵਿੱਚ ਡੁੱਬਣ ਤੱਕ ਦੀ ਨੌਬਤ ਆ ਗਈ ਸੀ। ਪਰ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਮੌਕੇ ਤੇ ਪਹੁੰਚ ਕੇ ਆਪਣੇ ਸਟਾਫ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਤੁਰੰਤ ਸਟੇਟ ਕੋਆਰਡੀਨੇਟਰ, ਪ੍ਰਿੰਸੀਪਲ ਸਕੱਤਰ ਕੇ ਸ਼ਿਵਾ ਪ੍ਰਸਾਦ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਆਈਐਸ ਦੇ ਨਾਲ ਗੱਲ ਕਰਕੇ ਉਸੇ ਵੇਲੇ ਰੈਸਕਿਊ ਅਤੇ ਰਿਕਵਰੀ ਮਸ਼ੀਨਾਂ ਮੰਗਵਾ ਕੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਬਾਹਰ ਕਢਵਾਇਆ ਅਤੇ ਉਹਨਾਂ ਨੂੰ ਵੱਖ ਵੱਖ 17 ਸਟੇਸ਼ਨੀ ਪੁਆਇੰਟ ਤੇ ਡਿਸਪੈਚ ਕੀਤਾ। ਲੰਬੇ ਸੰਘਰਸ਼ ਤੋਂ ਬਾਅਦ ਮੌਜੂਦ ਲੋਕਾਂ ਵਿੱਚ ਜਿੱਥੇ ਇਸ ਗੱਲ ਦੀ ਸ਼ਲਾਘਾ ਹੋ ਰਹੀ ਹੈ ਉੱਥੇ ਸਮੁੱਚਾ ਅਮਲਾ ਇਸ ਚੀਜ਼ ਤੇ ਹੈਰਾਨ ਹੈ ਕਿ ਜਿਸ ਤਰ੍ਹਾਂ ਚੇਅਰਮੈਨ ਚੀਮਾ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਆਪਣੇ ਸਟਾਫ ਦੀ ਹੌਸਲਾ ਅਫਜ਼ਾਈ ਕੀਤੀ ਉੱਥੇ ਉਹਨਾਂ ਨੂੰ ਮੋਹਰਲੀ ਕਤਾਰ ਵਿੱਚ ਖਲੋ ਕੇ ਮੁਸ਼ਕਲ ਦੇ ਵਿੱਚੋਂ ਬਾਹਰ ਨਿਕਲਣ ਦੀ ਸੇਵਾ ਭਾਵਨਾ ਨਾਲ ਬਾਬੇ ਨਾਨਕ ਦੀ ਜੋ ਕਿਰਤ ਕਮਾਈ ਸੀ ਉਸ ਤੋਂ ਸੇਧ ਲੈਂਦਿਆਂ ਇਹ ਦੱਸਿਆ ਕਿ ਮੁਸ਼ਕਲਾਂ ਆਉਂਦੀਆਂ ਨੇ, ਇਹਨਾਂ ਮੁਸ਼ਕਲਾਂ ਚੋਂ ਹੀ ਨਿਕਲਣਾ ਇਨਸਾਨੀ ਫਰਜ਼ ਹੈ। ਬਾਬਾ ਜੀ ਦਾ ਆਸਰਾ ਲੈ ਕੇ ਕੰਮ ਸ਼ੁਰੂ ਕਰੋ, ਇਹ ਨਿਕਲ ਜਾਵੇਗਾ। ਇਸ ਦੌਰਾਨ ਮੌਜੂਦ ਟਰੈਕਟਰ ਤੇ ਜਿੰਨੇ ਵੀ ਐਂਬੂਲੈਂਸਾਂ ਦੇ ਪਾਇਲਟ ਤੇ ਐਮਰਜੈਂਸੀ ਮੈਡੀਕਲ ਅਫਸਰ ਸਨ ਉਹਨਾਂ ਦੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਟਰੈਕਟਰ ਰਾਹੀਂ ਅਤੇ ਰਿਕਵਰੀ ਵਹੀਕਲਾਂ ਦੇ ਰਾਹੀਂ ਐਂਬੂਲੈਂਸਾਂ ਨੂੰ ਸਹੀ ਠਿਕਾਣੇ ਤੇ ਪਹੁੰਚਾਇਆ।